ਓ ਹੁਣ ਨਹੀਂਓ ਮੋਦੀ ਆ ਤੇ ਨਯਾਰੀਆ ਯਾਰੀ ਨਾਲੋਂ ਕਿਸਾਨ ਨੂੰ ਜ਼ਮੀਨ ਪਿਆਰੀਆ ਯਾਰੀ ਨਾਲੋਂ ਕਿਸਾਨ ਨੂੰ ਜ਼ਮੀਨ ਪਿਆਰੀਆ ਕਿਸਾਨਾਂ ਦੇ ਅੱਗੇ ਜਿਹੜਾ ਹੁਣ ੜੂਗਾ ਨਿਹੰਗ ਸਿੰਘ ਅੱਗੇ ਜਿਹੜਾ ਹੁਣ ੜੂਗਾ ਉਹ ਤੁਕਿਆਂ ਦੇ ਵਾਂਗੂੰ ਥਾਂਹੀਂ ਚੜੂਗਾ ਤੁਕਿਆਂ ਦੇ ਵਾਂਗੂੰ ਥਾਂਹੀਂ ਚੜੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੇਰੇ ਜਿੰਨੇ ਸਬਸਕ੍ਰਾਈਬਰ ਨੇ ਥੈਂਕ ਯੂ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸ਼ੋਕਾ ਟੈਕਨੋਲੋਜੀ ਮੰਨ ਜਰਮਨੀ ਤੋਂ ਆ ਤੁਸੀਂ ਦੇਖਿਆ ਹੋਣਾ ਕਿਸਾਨਾਂ ਨੇ ਆਪਣੀਆਂ ਮੰਗਾ ਜਿਹੜੀਆਂ ਮੰਗਣੀਆਂ ਸੀਗਾ ਨਾ ਦਿੱਲੀ ਨੂੰ ਕੂਚ ਕੀਤਾ ਆ ਉੱਥੇ ਆਪਣੇ ਧਰਨੇ ਲਾਉਣੇ ਉਹਨਾਂ ਨੇ ਤੇ ਉਹ ਮੰਗਾ ਇਹਨਾਂ ਦੀਆਂ ਮੰਗੀਆਂ ਨਹੀਂ ਨੀ ਪੂਰੀਆਂ ਤੇ ਉਹ ਵਿੱਚ ਰਹਿਣ ਦਿੱਤੀਆਂ ਤੇ ਫਿਰ ਜਾਣਾ ਹੀ ਸੀਗਾ ਇਹਨਾਂ ਨੇ ਹੋਰ ਕੀ ਕਰਦੇ ਇਹ ਉਹਨਾਂ ਦਾ ਆਪਣਾ ਹੱਕ ਬਣਦਾ ਆ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਹਰਿਆਣਾ ਸਰਕਾਰ ਜਿਹੜੀ ਆ ਉਹਨੇ ਆਪਣੇ ਕਿਦਾਂ ਆਰਮੀ ਸੱਦਿਓ ਆ ਪੁਲਿਸ ਵਾਲੇ ਸੱਦਿਓ ਆ ਹੈ ਤੇ ਗੋਲੇ ਪੜੇ 20000 ਗੈਸ ਗੋਲਾ ਉਹਨਾਂ ਨੇ ਸੱਟ ਦਿੱਤਾ ਉਹਨ ਉੱਤੇ ਗੋਲੀਆਂ ਪਲਾਸਟਿਕ ਦੇ ਅਸਲੀ ਵੀ ਚਲਾਈ ਜਾਂਦੇ ਆ ਇਹ ਤੁਸੀਂ ਆਪਣੇ ਦੇਸ਼ ਵਾਸੀਆਂ ਤੇ ਆਰਮੀ ਰੱਖਿਓ ਹੂੰ ਦੇਸ਼ ਬਾਤਿਆਂ ਉੱਤੇ ਗੋਲੀਆਂ ਚਲਾਵੋ ਤੁਸੀਂ ਤੇ ਉਹਨਾਂ ਨੇ ਜਾਣਾ ਹੀ ਆ ਜਾ ਕੇ ਹਟਣਾ ਹੈ ਠੀਕ ਆ ਕਿ ਨਹੀਂ ਤੇ ਤੁਸੀਂ ਰੋਕ ਲਉਗੇ ਉਹਨਾਂ ਨੂੰ ਤੇ ਬਾਰਡਰ ਜਿਹੜਾ ਤੁਸੀਂ ਬਣਾਇਆ ਆ ਉਹ ਆਪਣੇ ਹਾਈਵੇ ਜਾਮ ਕੀਤੇ ਹੋ ਆ ਇਹ ਜਿਹੜਾ ਹਾਈਵੇ ਹੁੰਦਾ ਆ ਇਹ ਨਾਂਗਾ ਹੁੰਦਾ ਆ ਜਿਹੜਾ ਬੰਦਾ ਚਾਹੇ ਜਿੱਥੇ ਨੂੰ ਮਰਜ਼ੀ ਜਾ ਸਕਦਾ ਤੇ ਤੁਸੀਂ ਇਹਨੂੰ ਰੋਕ ਥੋੜੋ ਸਕਦੇ ਆ ਇਹਦਾ ਇੰਟਰਨੈਸ਼ਨਲ ਤੌਰ ਦੇ ਉੱਤੇ ਵਰਤਿਆ ਜਾਂਦਾ ਹੈ ਤੇ ਤੁਸੀਂ ਉੱਥੇ ਬਾਰਡਰ ਬਣਾ ਦਿੱਤਾ ਫੜ ਕੇ ਪੁਲਿਸ ਖੜੀ ਕਰ ਦਿੱਤੀ ਆ ਆਰਮੀ ਲਾ ਦਿੱਤੀ ਆ ਆ ਕੰਮ ਚੰਗੇ ਲੱਗਦੇ ਆ ਆ ਮੋਦੀ ਸਰਕਾਰ ਜਿਹੜੀ ਆ ਕਰਦੀ ਆ ਤੁਸੀਂ ਗੋਲੇ ਸੱਟਦੇ ਹੋ ਉਸਾਨਾਂ ਦੀਆਂ ਅੱਖਾਂ 'ਚ ਵੱਜਦੇ ਨੇ ਆ ਥਰੂ ਗੈਸ ਤੇ ਅੱਖਾਂ ਨਿਕਲ ਰਹੀਆਂ ਨੇ ਕਿਸੇ ਦੇ ਟਰੈਕਟਰ ਦੇ ਵਿੱਚ ਤੁਸੀਂ ਗੋਲੀ ਮਾਰਦੇਂ ਤਾਂ ਤਾਂ ਤੁਸੀਂ ਬਾਰਡਰ ਬਣਾ ਕੇ ਰੱਖਿਆ ਆ ਤੇ ਫਿਰ ਇਸ ਤਰ੍ਹਾਂ ਜੇ ਬਾਰਡਰ ਬਣਾਉਣੇ ਇਦਾਂ ਦਾ ਫਿਰ ਇੱਧਰ ਹਰਿਆਣਾ ਦੂਸਰਾ ਪਾਓ ਜੰਮੂ ਕਸ਼ਮੀਰ ਵੀ ਲਾ ਦਿਓ ਇਦਾਂ ਹਿਮਾਚਲ 'ਚ ਵੀ ਲਾ ਦਿਓ ਠੀਕ ਆ ਕਣੇ ਤੇ ਇਸ طرف ਕੰਟਰੀ ਨਾ ਵੀ ਬਣ ਜੂਗੀ। ਉਹ ਹੀ ਬਣਾ ਦਿਓ ਫਿਰ ਜੇ ਨਹੀਂ ਤੁਹਾਨੂੰ ਜ਼ਿਆਦਾ ਦੁੱਖ ਤਕਰੀਫ਼ ਹੁੰਦੀ। ਉਹਨਾਂ ਨੇ ਆਪਣੀਆਂ ਮੰਗਾਂ ਮੰਗਣੀਆਂ ਹਨ ਦਿੱਲੀ ਆਉਣਾ ਰੈਲੀਆਂ ਕਰਨੀਆਂ। ਤੁਹਾਡਾ ਕੰਮ ਆ ਤੁਸੀਂ ਸਰਕਾਰ ਤੁਹਾਨੂੰ ਚੋਣਦੇ ਸਾਰੇ ਨਾਗਰਿਕ ਦੇਸ਼ ਦੇ। ਤੇ ਉਹਨਾਂ ਦੀ ਜੇ ਤੁਸੀਂ ਮੰਗਾਂ ਹੀ ਨਹੀਂ ਮੰਗਣੇ ਨੀਆਂ ਤੇ ਫਿਰ ਤੁਹਾਡਾ ਫਾਇਦਾ ਕੀ ਐਡਿਟੀਆਂ ਆਪੀ ਐਮ ਦੀਆਂ ਫਾਦਮੀਆਂ ਉੱਤੇ ਬੈਠਣ ਦਾ। ਤੁਹਾਨੂੰ ਚਾਉਣਦੇ ਤਾਂ ਇਸੇ ਕਰਕੇ ਆਸੀਂ ਸਾਰੇ ਵਿੱਚ ਦੇਸ਼ ਦਾ ਕੰਮ ਚੰਗਾ ਕਰੋ ਤੁਸੀਂ ਤੁਹਾਨੂੰ ਡਾਂਗਾ ਭਰਉਣ ਤੋਂ ਗੋਲੀਆਂ ਭਰਉਣ ਤੋਂ ਬਗਾਰ ਕੰਮੇ ਕੋਈ ਨਹੀਂ ਆਉਂਦਾ ਆਸੀਂ ਰਿਸਪੈਕਟ ਕਰਦੇ ਤੁਹਾਡੀ ਮੈਂ ਰਿਸਪੈਕਟ ਕਰਦਾ ਤੁਹਾਡੀ ਵੀ ਚਲੋ ਆਪਣੇ ਮੋਦੀ ਸਾਹਿਬ ਚੰਗੇ ਆ ਦੇਸ਼ ਦੇ ਜੋਗੀ ਦੀ ਬਹੁਤ ਰਿਸਪੈਕਟ ਕਰਦਾ ਥੈਂਕ ਯੂ ਜੋਗਾ ਦਾ ਉਹਦਾ ਹੈ ਜਿਨ੍ਹਾਂ ਨੇ ਯੂਪੀ ਦੇ ਵਿੱਚ ਕ੍ਰਿਮੀਨਲ 0 0 ਕੀਤਾ ਆ ਹੈ ਨਾ ਉਹ ਕਹਿੰਦੇ ਇੱਕ ਬੰਦੇ ਕਹਿੰਦੇ ਸਾਧ ਕਿਸਮ ਦਾ ਬੰਦਾ ਹੈ ਸਾਂਭ ਲੋਗ ਉਹਨਾਂ ਨੇ ਸਾਂਭ ਲਿਆ ਠੀਕ ਹੈ ਪਹਿਲਾ ਬੰਦਾ ਆ ਜੋਗੀ ਜਿਹਨੇ ਕ੍ਰਿਮੀਨਲ ਜ਼ੀਰੋ ਜ਼ੀਰੋ ਕੀਤਾ ਹੈ ਜੁਪੀ ਦੇ ਵਿੱਚ ਨੇ ਸਭ ਤੋਂ ਜ਼ਿਆਦਾ ਕ੍ਰਿਮੀਨਲ ਜੁਪੀ ਵਿੱਚ ਹੁੰਦਾ ਸੀ ਤੁਹਾਨੂੰ ਪਤਾ ਹੀ ਦੂਜੇ ਨੰਬਰ ਤੇ ਪੰਜਾਬ ਆ ਗਿਆ ਅੱਜ ਤਾਂ ਕਹਿੰਦੇ ਆਪਣੇ ਜੋਗੀ ਵੀ ਇੱਥੇ ਪੰਜਾਬ ਚ ਇਲੈਕਸ਼ਨ ਹੋੜ ਇਹਦੇ ਜਿੱਤ ਜਾਏਗਾ ਠੀਕ ਹੈ ਫੁੱਲ سپورਟ ਹੈ ਕੋਈ ਚੈੱਕ ਕਰਨੇਗਾ ਠੀਕ ਹੈ ਇੱਥੇ ਲਾਇਆ ਜਾਵੇ ਕੰਮ ਕਲੀਅਰ ਹੋ ਜਾਏਗਾ ਪੂਰੇ ਦਾ ਪੂਰਾ ਅਸੀਂ ਆਪ ਤੁਹਾਡੀ ਸਪੋਰਟ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਆਓ ਬੀਜੇਪੀ ਜਿੱਤੂਗੀ ਠੀਕ ਹੈ ਕਹਿੰਦੇ ਅੱਗੇ ਸਾਰਿਆਂ ਨੇ ਜ਼ੋਰ ਲਾ ਲਿਆ ਅਕਾਲੀਆਂ ਨੇ ਜ਼ੋਰ ਲਾ ਲਿਆ ਭਗਵਾਨ ਤਮਾਨ ਨੇ ਜ਼ੋਰ ਲਾ ਲਿਆ ਆਪਣੇ ਦੂਸਰਿਆਂ ਨੇ ਜ਼ੋਰ ਲਾ ਲਿਆ ਆ ਦੂਸਰੇ ਜਿਹੜੇ ਕਾਂਗਰਸੀਏ ਪੰਜਾਬ ਦਾ ਸੁਧਾਰ ਕਰਨ ਨਹੀਂ ਹੋਇਆ ਇਹ ਆਪ ਭਗਵਾਨ ਤਮਾਨੂੰ ਚੁਣਿਆ ਇਹ ਬੈਰ ਬਰ ਉਹਦੀ ਕੱਢੀ ਜਾਂਦਾ ਬੰਦਿਆਂ ਦੇ ਨਾਲ ਇਹ ਦਾ ਜੀਤ ਤੇ ਦੈਲ ਕਰਦਾ ਉਹ ਤੇ ਕਿਸ ਪਾ ਕੇ ਅੰਦਰ ਕਰੀ ਜਾਂਦਾ ਜੀਤ ਤੇ ਦੈਲ ਕਰਦਾ ਉਹ ਤੇ ਪਰਚੇ ਘਟਾਈ ਜਾਂਦਾ ਬੇਤੋ ਅਨੂੰ ਅਸੀਂ ਦੇਸ਼ ਦੇ ਨਾਗਰਿਕ ਚਾਉਂਦੇ ਆ ਨਾਗਰਿਕ ਦੇਸ਼ ਦੇ ਤੁਹਾਨੂੰ ਚਾਉਂਦੇ ਆ ਬਈ ਤੁਸੀਂ ਕਾਮ ਵਧੀਆ ਕਰੋ ਸਾਡੀ ਸੋ ਤੁਸੀਂ ਬੈਰ ਬ੍ਰੋਧ ਕੱਢਣ ਲੱਪੈ ਨੇ ਉਹ ਹੀ ਪੁਰਾਣਾ ਜ਼ਮਾਨਾ ਜਿਆਦਾ ਤੁਰਿਆ ਆਉਂਦਾ ਤੁਹਾਡੀ ਸੋਚ ਜਿਹੜੀ ਹਨਾ ਉੱਥੇ ਫਸੀ ਹੋਆ ਜੇ ਦਾ ਦੱਲ ਕੀਤਾ ਉਹ ਤੇ ਕੇਸ ਪਾਸਤਾ ਐੱਟੇ ਪਾਸਤਾ ਉਹ ਤੇ ਪਾਸਤਾ ਹੋਰ ਤੋਂ ਕੋਈ ਦੇਸ਼ ਦਾ ਕੰਮ ਕਰਨ ਆਉਂਦਾ ਐ ਇੱਥੇ ਚੁਣੇ ਹੋਏ ਬੈਠੇ ਜਾ ਕੇ 2 ਸਾਲ ਕੀ ਕੀਤਾ ਕੀ ਇੱਕਾ ਬਿਜਲੀ ਫਰੀ ਕਾਰ ਦਿੰਦੀ ਐ ਬਿਜਲੀ ਫਰੀ ਕਰਨ ਦੇ ਨਾਲ ਫਾਇਦਾ ਕੀ ਹੋਇਆ ਇਹਦੇ ਭਾਵੇਂ ਤੋਂ ਬੈਲ 1500 2000 ਕਰਦਾ ਕੋਲੋਂ ਤੋਂ ਪੈਸੇ ਦੇਣਾ ਤੂੰ ਕਿੱਡਾ ਕਿ ਤੁਰ ਜਵਾੜਾ ਐ 사ऊदी ਅਰਬ ਦੇ ਤੇਰੇ ਸਾਰੇ ਖੂ ਚੱਲਦੇ تھے ਪੰਜਾਬ ਦੇ ਵਿੱਚ ਤੇਲ ਦੇ ਹੈ ਘੂਸਾ ਜਾਂ ਪੱਗ ਬਣ ਕੇ ਮਜਈਏ ਤੂੰ ਕਰੀ ਜਾਣੇ ਉਹੀ ਗੱਲਾਂ ਕਰੀ ਜਾਣੀਆਂ ਜਿਹੜੀਆਂ ਪ੍ਰਾਣੀਆਂ ਸਾਰੇ ਜੋਕ ਸੁਣਾਇਓ ਤੁਸੀਂ ਇਹ ਪੰਜਾਬ ਐ ਖੂ ਚੱਲਦੇ ਨੇ ਕਿੰਨਾ ਪੈਸਾ ਕਿੰਨੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਬਿਲੀਅਨ ਤਨਖਾਹ ਦੇਣੀ ਪੈਂਦੀ ਆ ਬਿਜਲੀ ਸਾਡੀ ਜਾ ਰਹੀ ਆ ਬਿਜਲੀ ਵਿੱਚੋਂ ਗੌਰਮਨ ਟੈਕਸ ਚਲ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਘੱਟ ਕਰ ਦਿਓ ਤੁਸੀਂ ਹਾਫ ਪ੍ਰਾਈਸ ਕਰ ਦਿਓ ਦਾ ਜਿੱਥੇ ਅਗੇ 5000 ਰੁਪਏ ਲਾਉਂਦਾ ਸੀ 3 ਕਰ ਦਿਓ 2 ਕਰ ਦਿਓ ਕੋਸ਼ਤੇ ਕੋ ਗਵਰਨਮੈਂਟ ਦੇ ਖਾਤੇ ਵਿੱਚ ਪੈਸਾ ਆਊਗਾ ਇਹ ਕਿਹੜੀ ਸੋਚ ਹੈ ਗਾਣੇ ਫਰੀ ਰਾਸ਼ਨ ਫਰੀ ਬਿਜਲੀ ਫਰੀ ਟੈਲੀਵਿਜ਼ਨ ਤੇ ਕੋਈ ਟੈਕਸ ਨਹੀਂ ਫਰੀ ਤੁਰ ਪਲਾਜੇ ਫਰੀ ਤੇ ਗਵਰਨਮੈਂਟ ਨੂੰ ਕੁਝ ਆਊਗਾ ਤਾਂ ਕੰਮ ਸਰਕਲ ਚੱਲੇਗਾ ਤੁਸੀਂ ਆਪੋ ਨਾਲ ਚਲਾ ਲੈਣਾ ਉੱਤੋਂ ਸਾਲਾ ਪੈਸਾ ਲੈ ਲੈਣਾ ਆਪਾਂ ਉਹਦੀ ਕੋਠੀਆਂ ਪਾ ਲੈਣੀਆਂ ਹੈ ਘਰ ਵਾਲੀਆਂ ਨੂੰ ਗਹਿਣੇ ਦੇ ਦੇਣੇ ਲੈ ਕੇ ਨਵੇਂ ਨਾਵੇਂ ਤੁਹਾਡੇ ਹੋਟਲ ਹੁੰਦੇ ਨੇ ਤੁਸੀਂ ਕਹਿੰਦੇ ਅਸੀਂ ਲੈੰਦੇ ਹੀ ਕੁਝ ਨਹੀਂ ਐ ਕੋਈ ਤਰ੍ਹਾਂ ਕੈ ਇੰਜਰੀ ਵਾਲਾ ਉਹ ਉੱਥੇ ਮੈਟਰੋ ਵਿੱਚ ਜਾਵੇ ਮੈਨੂੰ ਗੱਡੀ ਨਹੀਂ ਚਾਹੀਦੀ ਮੈਂ ਤਾਂ ਨਿੱਗੀ ਸੁਧਾਰਨ ਆਪਣੇ ਘਰ ਦੇ ਵਿੱਚ ਜੀਣਾ ਚਾਹੂੰਗਾ ਹੈ ਉਹ 100 ਫੀਟ ਦੇ ਵਿਲੇ ਦੇ ਵਿੱਚ ਰਹਿੰਦਾ ਆ ਮੰਗਾ ਹੁਣੇ ਤੁਹਾਡੀ ਤੁਹਾਨੂੰ ਮੇਰੇ ਕੋਲ ਕਿਤੇ ਉਧਾਰ ਜੋ ਹੁਣ ਮੈਨੂੰ ਮੈਂ ਕਿਸਾਨ ਵੀ ਇਦਾਂ ਦੇ ਮੇਰੇ ਮਹੌਲ ਕੀ ਲੱਗੇ ਸੁਣ ਮੈਂ ਫਿਰ ਕਹਣਾ ਇਹਨਾਂ ਦੀ ਸਪੋਰਟ ਕੀਤੀ ਹੁਣ ਇਧਰ ਨੂੰ ਰਿਪੇਅਰ ਕਰਨ ਲੱਪਿਆ ਮੈਨੂੰ ਪਤਾ ਨਹੀਂ ਲੱਗਣਾ ਮੈਂ ਕਿੱਦਾਂ ਨੂੰ ਤੋੜ ਲੈਣੇ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਮੈਂ ਕਰਦਾ ਰੌਲੀ ਪਾਉਣਾ ਛਿੱਟੋ ਤਾਂ ਇੱਕ ਵਾਰੀ ਲਿਆ ਕੇ ਮੈਨੂੰ ਕੋਈ ਪਾਰਟੀ ਦਾ ਕੋਈ ਐਮਐਲਏ ਭੈਣ ਆਪਣੀ ਦਾ ਖਾਸ ਮਸਾਲੇ ਨੇ ਮੈਨੂੰ ਕਿਤੇ ਫੋਨ ਕੀਤਾ ਸਾਲੇ ਦੱਲੇ ਨੇ ਹੈ ਮੈਂ ਆਪਣੀ ਨੈਸ਼ਨੈਲਿਟੀ ਵੀ ਦਾਤ ਤੇ ਲਾਉਣੇ ਕਿਤੇ ਭੈਣ ਤੇ ਉਹਦੇ ਨੇ ਖਰਾ ਗੋਲੀ ਮਾਰਦੇ ਨੇ ਸਰ ਦੇ ਮੇਰੇ ਪਤਾ ਨਹੀਂ ਕਿ ਇਦਾਂ ਦੇ ਹਰਾਮ ਦੇ ਤੁਸੀਂ ਕ੍ਰਿਮੀਨਲ ਬੰਦੇ ਆ ਇੱਥੇ ਅੱਧੇ ਇੱਕ ਵਿੱਚ ਤੁਰੇ ਫਿਰਦੇ ਹੋਣੇ ਸਾਡੇ ਜੇ ਪੂਰੀ ਨਾ ਸਫਾਈ ਕਰਦਾ ਮੈਂ ਜੋਗੀ ਉਹ ਆਪਣੀ ਜਗ੍ਹਾ ਮੇਰੀ ਆਪਣੀ ਜਗ੍ਹਾ ਹੋਣਾ ਮਤ ਪੂਰੀ ਧੱਕਾ ਪਾਉਣੇ ਫੜਕ ਹਾਂ ਤੁਹਾਨੂੰ ਜੇਲ੍ਹ ਦੇ ਵਿੱਚ ਕੋਈ ਲੱਗ ਕ੍ਰਿਮੀਨਲ ਦਰਸਬੀ ਪਿਆ ਹੋਣਾ ਤਾਂ ਫੇਰ ਗੱਲ ਕਰਿਓ ਆ ਚੱਕਰਮ ਨੂੰ ਬਾਡੀਗਾਰਡ ਦਿੱਤੇ ਹੋ ਤੁਸੀਂ ਹੂੰ ਕ੍ਰਿਮੀਨਲਾਂ ਦੇ ਨਾਲ ਪੁਲਿਸ ਵਾਲੇ ਫੋਟੋ ਖਿਚਾਉਂਦੇ ਆ ਬੋਸ਼ਨ ਉਹ ਹੀ ਜਿਹੜਾ ਇੱਕ ਪੁਲਿਸ ਵਾਲਾ ਸਰਦਾਰ ਬੰਦਾ ਫੋਟੋ ਖਿਚਾਉਣ ਲੱਗਾ ਹੈ ਹੂੰ ਭੈਣ ਤੇ ਉਹਦਾ ਤੇਰਾ ਜੀਜਾ ਲੱਗਦਾ ਹੈ ਇਹਨਾ ਫੋਟੋ ਖਚਾਉਣਾ ਤੋਂ ਕੁਛ ਛਾਰਮ ਕਰਲਾ ਮਾੜੀ ਮੋਟੇ ਗੈਂਗਸਟਰਾਂ ਨਾਲ ਪੁਲਿਸ ਵਾਲੇ ਕੋਰਟ ਦੇ ਵਿੱਚ ਫੋਟੋ ਖਚਾਉਂਦੇ ਨੇ ਹੂੰ ਇਹਨਾਂ ਦੇ ਨਾਲ ਹਜੇ ਤੱਕ ਇਸ ਕਾਦਾ ਸਿੱਧੂ ਮੂਸੇਵਾਲਾ ਪਿਆ ਉਹਦੇ ਹਜੇ ਤੱਕ ਇਹਨਾਂ ਨੇ ਫੜਿਆ ਨਹੀਂਗਾ ਆਪਾ ਭਗਵਾਨ ਤਮਾਨ ਹੈ ਕੋਈ ਬੰਦਾ ਕੋਈ ਕੇਸ ਅਜੇ ਤੱਕ ਨਹੀਂ ਪਿਆ ਉਹ ਵਿਚਾਰਾ ਪੇ ਉਹਦਾ ਕੰਲਾ ਕੰਲਾ ਮੁੰਡਾ ਭੈਣ ਤੋਂ ਮਾਰ ਕੇ ਨਾ ਹਰਾਮਦਿਆਂ ਦੇ ਰੱਖਾ ਦਿੱਤਾ ਹੈ ਉਹਨੂੰ ਪਾਰਟੀ ਵਿੱਚ ਲਿਆਉਂਦੇ ਆ ਇੱਥੇ ਕਾਂਗਰਸ ਆ ਉਹ ਗਾਣਾ ਹੀ ਗਾਉਂਦਾ ਗਾਈ ਜਿਹਾ ਚੁੱਪ ਕਰਕੇ ਬੋਡੀਗਾਰਡ ਉਹਦੇ ਖੋ ਕੇ ਰੱਖ ਦਿੱਤੇ ਨੇ ਭਗਵਾਨ ਜਮਾਨ ਨੇ ਵੀ ਆਪਣੇ ਭੈਣ ਤੋਂ ਤੁਸੀਂ ਹਜ਼ਾਰ ਹਜ਼ਾਰ ਲਈ ਫਿਰਦੇ ਨੇ ਗੱਡੀਆਂ ਤੇ ਉਹਨੂੰ ਦੋ ਦਿੱਤੇ ਹੋ ਸਕੇ ਉਹ ਕੰਲਾ ਕੰਲਾ ਮੁੰਡਾ ਉਹ ਆਪ ਤਾਂ ਮੋਗ ਗੋਲੀਆਂ ਦੇਣਾ ਮਰਾ ਕੇ ਰੱਖ ਦਿੱਤਾ ਇਹਨਾਂ ਨੇ ਆਪਣੀਆਂ ਘਰ ਬਾਣੀਆਂ ਨੂੰ ਭੈਣਾਂ ਨੂੰ ਸਕਿਉਰਟੀਆਂ ਦਿੱਤੀਆਂ ਤੁਸੀਂ ਜਿਨ੍ਹਾਂ ਦੀ ਲੋੜ ਨਹੀਂ ਕੋਈ ਇਲੈਕਸ਼ਨ ਚ ਦਿੱਤੀਆਂ ਹੈ ਗਵਰਨਮੈਂਟ ਦਾ ਪੈਸਾ ਖਜ਼ਾਨਾ ਖਾਲੀ ਮੈਂ ਭਰ ਦੂੰ ਭਰ ਦੂੰ ਕਿੱਥੋਂ ਭਰ ਦਊਂਗਾ ਤੂੰ ਉਹ ਕਿਸਾਨ ਜਾਂਦੇ ਦਿੱਲੀ ਨੂੰ ਉੱਥੇ ਰਾਜਪੂਰੇ ਦੇ ਵਿੱਚ ਪੁਲਿਸ ਵਾਲੇ ਰੋਕਿਆ ਤੇਰਾ ਤਾਂ ਕੰਮ ਹੀ ਨਹੀਂ ਬਣਦਾ ਕੋਈ ਹੌਣ ਲੱਗਾ ਕਹਿਣ ਜਦੋਂ ਪਤਾ ਲੱਗਿਆ ਵੀ ਹਣਾ ਕੰਮ ਉਲਟਾ ਲੱਗਾ ਪੈਣ ਹੁਣ ਕਹਿਣ ਲੱਗਾ ਜਾ ਸਕਦੇ ਰੈਲੀਆਂ ਕਰ ਸਕਦੇ ਆ ਅਸੀਂ ਭਾਜਪਾ ਦੀ ਫੁੱਲ سپورਟ ਕਰਦੇ ਆ ਮੋਦੀ ਸਾਹਿਬ ਤੁਸੀਂ ਪੰਜਾਬ ਵਿੱਚ ਆਓ ਜਿੱਤੋ ਇਹ ਨਹੀਂ ਵੀ ਉੱਤੇ ਕਾਂਗਰਸ ਔਰ ਥੱਲੇ ਅਕਾਲੀ ਬੈਠੇ ਆ ਉੱਤੇ ਭਾਜਪਾ ਏ ਥੱਲੇ ਆ ਹਾਜ ਚੋ ਆਰਾਮ ਪਾਰਟੀ ਬੈਠੀ ਏ ਤੇ سپورਟ ਕੀ ਕਰਨੀ ਆ ਭਾਜਪਾ ਉੱਤੇ ਹੋਗੀ ਭਾਜਪਾ ਕੰਮ ਕਰੋਗੇ ਇਹਨਾਂ ਨੇ ਮੰਗਾਂ ਵੀ ਮੰਨ ਜੋ ਕਹਿੰਦੇ ਨੇ ਕਿਸਾਨ ਉਹਨੇ ਮੰਗਾਂ ਮੰਨ ਉਹਨਾਂ ਦੀ ਕੀ ਪਰੌਣ ਨੂੰ ਕੀ ਪੈ ਚੱਲੀ ਐਡ ਨਾ ਪੈਸਾ ਸਾਲਾ ਪੂਰਾ ਬਾਰਡ ਲੁੱਟ ਲਿਆ ਇੰਡੀਆ ਨੇ ਸਾਡੇ ਜੁਨੇ ਬੰਦੇ ਨੇ ਪੰਜਾਬ ਦੇ ਪੂਰੇ ਦੇ ਪੂਰੇ ਬਾਹਰ ਬੈਠੇ ਪੂਰੇ ਬਾਰਡ ਦੇ ਕਬਜ਼ਾ ਕੀਤਾ ਪਿਆ ਕੋਈ ਜਗ੍ਹਾ ਰਹਿੰਦੀ ਨਹੀਂ ਕੋਈ ਕੰਟਰੀ ਰਹਿੰਦੀ ਜਿੱਥੇ ਨਹੀਂ ਆਗੇ ਤੁਹਾਡੇ 10000 ਰੁਪਏ ਤੇ 5000 ਰੁਪਏ ਗਵਰਨਮੈਂਟ ਨੌਕਰੀ ਨਹੀਂ ਕਿਸੇ ਬੰਦੇ ਨੂੰ ਮਜ਼ਦੂਰ ਨੂੰ ਦੇ ਸਕਦੇ ਇੱਥੇ ਬਾਹਰ ਆਣ ਕੇ ਕੋਰੀਆ ਦੇਖ ਲਓ ਇੱਥੇ ਸਾਊਥ ਕੋਰੀਆ ਕੋਈ ਅਫਰੀਕਾ ਦੀਆਂ ਕੰਟਰੀਆਂ ਕੋਈ ਛੱਡੀ ਨਹੀਂ ਕਿ ਕੋਈ ਜਾਪਾਨ ਤੱਕ ਪਤਾ ਨਹੀਂ ਕਿੱਥੇ ਗੱਤ ਧੁੱਕਾਂ ਪਾਈਆਂ ਪਈਆਂ ਹੈ ਉਹ ਲੱਖ ਲੱਖ ਡੇਢ ਲੱਖ ਰੁਪਏ ਕਮਾਉਂਦੇ ਨੇ ਇੰਡੀਆ ਦੇ ਖਾਤੇ ਵਿੱਚ ਇੱਥੇ ਪੈਂਦਾਰ ਤੇ ਫਿਰ ਇੰਡੀਆ ਇੰਨਾ ਅਮੀਰ ਹੋ ਰਿਹਾ ਆ ਤੇ ਪੈਸੇ ਤੇ ਇਹਨਾਂ ਕੋਲ ਹੀ ਆਉਂਦੇ ਠੀਕ ਹੈ ਤੇ ਕਿਸਾਨਾਂ ਦੀ ਜੇ ਇੱਕ ਦੋ ਉਹਨਾਂ 4-5 ਮੰਗਾ ਆ ਉਹ ਮੰਨ ਲਓ ਤੁਸੀਂ ਕੰਮ ਕਲੀਅਰ ਹੋ ਜਾਂਦਾ ਹੈ ਕਿੱਥੇ ਤੱਕ ਇੰਡੀਆ ਥੱਲੇ ਤੁਹਾਡਾ ਖਜ਼ਾਨਾ ਖਾਲੀ ਹੋ ਚਲੇ ਇਹਦੇ ਨਾਲ ਆਹ ਪਿਛਲੇ ਸਾਲ ਵੀ ਉਹੋ ਹੀ ਆ ਕਰੋਨਾ ਅਰਬਾਂ ਰੁਪਏ ਦਾ ਡੀਜ਼ਲ ਫੂਕੀ ਹੋ ਜਾਂਦੇ ਨੇ ਉੱਥੇ ਭੁੱਖੇ ਰਹਿੰਦੇ ਨੇ ਗੋਲੀਆਂ ਖਾਂਦੇ ਨੇ ਰਾਤਾਂ ਕੱਟਦੇ ਨੇ ਫਸਲਾਂ ਦੀ ਰਾਖੀ ਨਹੀਂ ਕੋਈ ਕਰਦਾ ਹੈਗਾ ਉਹਨਾਂ ਦੀ ਠੀਕ ਹੈ ਫਿਰ ਧੰਨ ਜਿਗਰਾ ਉਹਨਾਂ ਦਾ ਆ ਜਿਹੜੇ ਆਉਂਦੇ ਨੇ ਮੈਨੂੰ ਸਮਝ ਨਹੀਂ ਲੱਗਦੀ ਬਾਈਬਲ ਸਾਡੇ ਜੱਟਾਂ ਦੇ ਮੁੰਡੇ ਕਿਸਾਨਾਂ ਦੇ ਮੁੰਡੇ ਆ ਹੋਰ ਵੀ ਜਿੰਨੇ ਹੈਗੇ ਇੱਥੇ ਬਾਹਰ ਨੂੰ ਆਉਂਦੇ ਨੇ ਭਾਈ ਤੁਹਾਨੂੰ ਬਾਹਰ ਆ ਕੇ ਅਸੀਂ ਅਮਰੀਕਾ ਬਟਰੱਕ ਚਲਾਉਂਦੇ ਮੈਨੂੰ ਦੱਸੋ ਟਰੱਕ ਵਾਲੇ ਨੂੰ ਕਿੰਨੇ ਕ ਪੈਸੇ ਬਚ ਜਾਂਦੇ ਨੇ ਹੁਣ 6-7000 ਡਾਲਰ ਹੋਊਗੀ ਤਨਖਾਹ ਉਹਨਾਂ ਦੀ ਬਾਚ ਜਾਂਦੇ ਉਹਦੇ ਵਿੱਚੋਂ ਪੈਸੇ ਟੈਕਸਾਂ ਵਿੱਚ ਸਾਡਾ ਸਾਰਾ ਨਿਕਲ ਜਾਂਦਾ ਸਾਰੀ ਚੀਜ਼ ਉੱਤੇ ਟੈਕਸ ਲੱਗਦਾ ਉੱਤੇ ਨਿਕਲ ਜਾਂਦਾ ਸਾਡੇ ਪਹਿਲੇ ਕੁਝ ਨਹੀਂ ਪੈਂਦਾ ਹੈ ਮਕਾਨ ਸਾਲਾ ਇੱਕ ਰਹਿ ਜਾਂਦਾ ਪੂਰੀ ਜ਼ਿੰਦਗੀ ਦੇ ਵਿੱਚ ਲਿਆ ਨਿਆਣੇ ਜਿਹੜੇ ਉਹ ਕਿਤੇ ਹੋਰ ਰਹਿਣ ਲੱਪਾਂ ਫਿਰ ਬੰਦੇ ਹੋਰ ਕਿਤੇ ਰਹਿੰਦੇ ਨੇ ਉਹਨਾਂ ਦਾ ਜਣੀ ਕਿ ਜਦੋਂ ਪੈਨਸ਼ਨ ਮਿਲਦੀ ਉਹ ਤਾਂ ਸਹਾਰਾ ਨਹੀਂ ਬਣਦਾ ਹੈਗਾ ਕਾਦੀਆਂ ਲਾਈਫਾਂ ਸਾਡੀਆਂ ਬਾਹਰ ਆਣ ਕੇ ਕੀ ਸਾਨੂੰ ਫਾਇਦਾ ਹੋਇਆ ਸਾਲਾ ਦੇਸ਼ ਇਹ ਯਾਦ ਕਰਾਉਣ ਦਾ ਇੱਥੇ ਜਿਵੇਂ ਅਸੀਂ ਬਾਹਰ ਹੀ ਧੱਕੇ ਖਾਣੇ ਸੀਗੇ ਆਣ ਕੇ ਜੇ ਤੁਸੀਂ ਕਰੇ ਹੀ ਨਹੀਂ ਕੋਸ਼ਿਸ਼ ਸਕਦੇ ਕਰੇ ਹੀ ਨਹੀਂ ਸਾਡੇ ਲਈ ਸਕਦੇ ਤੇ ਫਿਰ ਦੇਸ਼ ਇਹ ਯਾਦ ਕਰਾਉਣ ਦਾ ਫਾਇਦਾ ਕੀ ਹੋਇਆ ਸਾਨੂੰ ਹੂੰ ਕੋਈ ਹੋਇਆ ਫਾਇਦਾ ਜਿਹੜੀ ਕੰਟਰੀ ਸਾਨੂੰ 5.5 ਤੋਂ 7000 10000 ਦੀ ਨੌਕਰੀ ਨਹੀਂ ਦੇ ਸਕਦੀ ਜਿਹੜੀ ਕੰਟਰੀ ਦੇ ਆਪਣੇ ਆ ਉੱਚੇ ਅਹੁਦਿਆਂ ਤੇ ਲੱਗੋ ਇਹਨਾਂ ਦੇ 5 5 ਸਟਾਰ ਹੌਟਲ ਬੜਾ ਵੱੜ ਗਿਆ ਸਟਾਰ ਹੌਟਲ ਸਾਰਾ ਪੈਸਾ ਜੋ ਫੰਡ ਦਾ ਇਹਨਾਂ ਘੂਸਿਆਂ ਲਈ ਹੁੰਦਾ ਸਾਡੇ ਲਈ ਥੋੜਾ ਫੰਡ ਹੁੰਦਾ ਜਿਹੜੇ ਮੰਤਰੀ ਐਮ ਐਲ ਏ ਬਣ ਜਾਂਦੇ ਨੇ ਇਹਨਾਂ ਲਈ ਹੁੰਦਾ ਉਦਾਂ ਪਾਰਟੀ ਦੇ ਬੰਦੇ ਅਸੀਂ ਰੈਸ਼ ਬੇਤ ਨਹੀਂ ਲੈਣਗੇ ਹੇ ਅਸੀਂ ਤਾਂ ਦਿਨ ਝਾੜੂ ਨਾਲ ਸਫਾਈ ਕਰਦਾ ਉਹ ਸ਼ਗਾਰ ਆਰਾਮ ਕੋਈ ਸਾਲਾ ਮੇਰਾ ਐਮ.ਐਲ.ਏ ਬਣਿਆ ਪਰਸੈਂਟ ਮੰਗਣ ਲੱਪਿਆ ਸੀ ਦੀ ਪਾਰਟੀ ਦੇ ਵਿੱਚ ਉੱਥੇ ਚੱਲ ਉੱਥੇ ਕੇਸ ਪੈ ਗਿਆ ਨਾਲੇ ਬਾ ਅੰਦਰ ਖਾਤਮਾ ਉਹਦਾ ਇਹ ਸਾਰੇ ਭੁੱਖੇ ਨੰਗੇ ਬੰਦੇ ਆ ਆ ਪਾਰਟੀ ਦੇ ਬਚਰਲੇ ਹੋਏ ਨੇ ਕਿੱਡੇ ਕ ਤੁਸੀਂ ਮਜੀਰੋਂ ਜਿਆਦਾ ਕੋਈ ਦੇਸ਼ ਦੀ ਸੇਵਾ ਕਰਦੇ ਹੋ ਸਾਨੂੰ ਦੱਸੋ ਠੀਕ ਐ ਛੜੇ ਤੁਸੀਂ ਤੁਹਾਡਾ ਸਾਰੇ ਵਿਆਹ ਹੀ ਨਹੀਂ ਸੀ ਹੋਇਆ ਆ ਹੁਣ ਤੁਸੀਂ ਆਣ ਕੇ ਵਿਆਹ ਲੱਗੇ ਕਰੋਣ ਤੁਹਾਡੀਆਂ ਲਾਮਾਂ ਫੇਰੇ ਲੱਗੇ ਹੁਣ ਇੱਥੇ ਵੀ ਚਲੋ ਮੰਤਰੀ ਬਣਾਏ ਬੰਦਾ ਉਹਦੇ ਤੇ ਤੁਹਾਨੂੰ ਪੁੱਛਦਾ ਹੀ ਨਹੀਂ ਸੀ ਕੋਈ ਤੁਹਾਨੂੰ ਤਾਂ ਕੁੜੀ ਨਹੀਂ ਸਾਰੇ ਅਨਪੜ ਕੁੜੀ ਨਹੀਂ ਸੀ ਦੇ ਕੇ ਖੁਸ਼ ਕੋਈ ਬੰਦਾ ਐਦਾਂ ਦੇ ਅਹੁਦਿਆਂ ਤੇ ਆ ਗਏ ਮੈਂ ਸਪੋਰਟ ਮੋਦੀ ਦੀ ਕਰਦਾ ਠੀਕ ਹੈ ਕਿ ਨਹੀਂ ਵੀ ਇਹ ਤੁਹਾਡੀਆਂ ਤੁਸੀਂ ਜਿੱਥੇ ਮਰਜ਼ੀ ਕਰੋ ਮੈਂ ਜੋਗੀ ਤੇ ਮੋਦੀ ਦੀ ਜ਼ਰੂਰ ਰਿਸਪੈਕਟ ਕਰਦਾ ਔਰ ਸਪੋਰਟ ਕਰਦਾ ਮੈਂ ਗਾਰੰਟੀ ਦੇਣਾ ਮੈਨੂੰ ਸੀਟ ਤੇ ਮੈਂ ਪੂਰੀਆਂ ਪੂਰੀਆਂ ਸੀਟਾਂ ਤੁਹਾਨੂੰ ਜਿਤਾ ਕੇ ਦੇਣਾ ਇੱਥੇ ਪੰਜਾਬ ਦੇ ਵਿੱਚ ਠੀਕ ਹੈ ਹਿਟਲਰ ਵਾਲੀ ਸੋਚ ਆ ਮੈਂ ਧੱਕਾ ਪਾ ਦੇਣੀ ਆ ਜਿਹਨੇ ਸਾਲੇ ਨੇ ਵੋਟ ਉਧਰ ਹੀ ਪਾਈ ਉਹ ਮੈਂ ਹਰੇ ਆ ਮੈਂ ਜੱਟ ਬਾ ਫੇਰ ਨਾ ਚੰਗੀ ਤਰ੍ਹਾਂ ਮੈਂ ਖੋ ਫੇਰ ਖਾਉਂਗਾ ਤੁਹਾਡੀਆਂ ਪ੍ਰੋਫਿਟੀਆਂ ਤੁਹਾਨੂੰ ਮੈਂ ਦੱਸਾਂਗਾ ਕੋਠੀਆਂ ਦੇ ਕਾਬਜ਼ੇ ਕਰੋ ਤੁਹਾਡੀਆਂ ਦੇ ਜੇ ਫੇਰ ਉਧਰ ਵੋਟ ਨਾ ਪਾਈਆਂ ਜਦ ਮੈਂ ਤੁਹਾਡੀ ਹਰ ਸੋਂ ਆਈ ਸੁਣਨੀ ਆ ਤੇ ਤੁਸੀਂ ਮਾਮੇ ਲਾ ਕੇ ਫਿਰ ਉਧਰ ਵੋਟਾਂ ਪਾਉਂਦੇ ਪਮੈਨੋ ਕੀ ਫਾਇਦਾ ਇਥੇ ਤੁਹਾਡੇ ਭੌਂਕਣ ਦਾ ਤੁਹਾਡੀ ਖਾਤਰ ਮੈਂ ਤਾਂ ਇੱਥੇ ਉੱਤੇ ਠੀਕ ਹਾਂ ਮੈਂ ਤਾਂ ਹੀ ਉਹਨੇ ਵੀਡੀਓ ਪਾ ਰਿਹਾ ਹਾਂ ਆ ਡੇਢ ਮਹੀਨੇ ਬਾਅਦ ਪਾਉਣ ਲੱਗਾ ਪਾਓ ਵੀਡੀਓ ਪਾਓ ਕਿਸਾਨਾਂ ਬਾਰੇ ਪਾ ਪਾ ਦਿੱਤੀ ਆ ਠੀਕ ਆ ਇਹਨਾਂ ਨੇ ਆ ਮੰਗਾ ਮੰਨਣੀਆਂ ਪੈਣੀਆਂ ਤੁਹਾਨੂੰ ਨਹੀਂ ਮੰਨਦੇ ਤੁਸੀਂ ਨਾ ਤੇ ਫਿਰ ਤੁਸੀਂ ਭੁੱਲ ਜਾਓ ਇੱਕ ਦੀ ਪੀਐਮ ਵੀ ਬਣੋਗੇ ਇੱਕalle ਪੰਜਾਬ ਵਿੱਚ ਨਹੀਂ ਕਿਸਾਨ ਕਿਸਾਨ ਉੱਧਰ ਵੀ ਹੈਗੇ ਨੇ ਯੂਪੀ ਵਿੱਚ ਰਾਜਸਥਾਨ ਵਿੱਚ ਸਾਰੇ ਸਾਰੀਆਂ ਸਟੇਟਾਂ ਵਿੱਚ ਨੇ ਦੇ ਦੇ ਨਹੀਂ ਮੰਗਾ ਮੰਡਣੀ ਜੋ ਮਰਜ਼ੀ ਕਰ ਲੋ ਐਕਟਿੰਗ ਪਰ ਪੀਐਮ ਦਾ ਅਹੁਦਾ ਵੀ ਭੁੱਲ ਜਿਓ ਤੁਸੀਂ ਚਲੋ ਜੀ ਹੋਰ ਮੇਰੇ ਵੱਲੋਂ ਸਾਰੇ ਸਾਸਰੀ ਗਾਲ ਹੈ ਜਿੰਨੇ ਧਰਨੇ ਵਿੱਚ ਗਏ ਹੋ ਆ ਬੰਦੇ ਦੇਖ ਲਿਆ ਕਰੋ ਉਹਨਾਂ ਦੇ ਪੁਲਿਸ ਵਾਲੇ ਬੰਦੇ ਆਰ ਆਲਦੇ ਨੇ ਤੁਹਾਡੇ ਵਿੱਚ ਬੈਠ ਜਾਂਦੇ ਨੇ ਤੁਹਾਡੀਆਂ ਸੋਹਾਂ ਜੀਆਂ ਲੈ ਲੋ ਗਿਆ ਨਾ ਫਿਰ ਅੱਗੇ ਉਹ ਕੰਮ ਕਰਦੇ ਗੱਲਾਂ ਕਰਦੇ ਨੇ ਠੀਕ ਹੈ ਇਹਨਾਂ ਤੋਂ ਬਚੋ ਠੀਕ ਹੈ ਹੋਰ ਜਿੰਨੀਆਂ ਜਥੇਬੰਦੀਆਂ ਸਾਰਿਆਂ ਇਹਨਾਂ ਦਾ ਸਾਥ ਦਿਓ ਤੇ ਇੱਕ ਆ ਦੋ ਗੋ ਰੌਲ ਦੂਰਾ ਮੈਂ ਕੋ ਰਾਜੋ ਆਣੋ ਸਾਨੂੰ ਅਖੇ ਸੱਦੇ ਆਈ ਨਹੀਂ ਗਾ ਹੈ ਇੱਥੇ ਬਿਆਸ ਤਾਂ ਸੱਦਾ ਦੇਣਾ ਸੀ ਤੁਹਾਨੂੰ ਕੋਈ ਪ੍ਰੋਗਰਾਮ ਸੀਗਾ ਜਿੱਥੇ ਸੱਦਾ ਤੁਹਾਨੂੰ ਆਪ ਨਹੀਂ ਸੀ ਪਤਾ ਅੱਗੇ ਉਹ ਤੁਹਾਡੇ ਨਾਲ ਤੁਰੇ ਜੇ ਤੁਹਾਨੂੰ ਉਹਨਾਂ ਸੱਦਿਆਂ ਸੀ ਅੱਗੇ ਤੇ ਇਹ ਉਤੁਰੇ ਤੁਹਾਡੇ ਨਾਲ ਤੇ ਤੁਸੀਂ ਵੀ ਤਰਪਨਸਿਕਾ ਨਾਲ ਉਹਨੂੰ ਤੁਹਾਨੂੰ ਸਪੈਸ਼ਲ ਸੱਦਾ ਦੇਣਾ ਸੀ ਹੋਰ ਵੀ ਬੰਦੇ ਆ ਮੁੰਡੇ ਆ ਨਾਲ ਗਏ ਹੋ ਆ ਉਹਨਾਂ ਨੂੰ ਇਕੱਲੇ ਕਰਕੇ ਉਹਨੂੰ ਚਿੱਠੀ ਪਾਈ ਆ ਵੀ ਆ ਅਸੀਂ ਚੇਲੀ ਧਾਰਨਾ ਜਾਣ ਲਾਉਣ ਜਾਣਾ ਸਾਡੇ ਨਾਲ ਤਰੋਂ ਤੁਹਾਨੂੰ ਪਤਾ ਹੀ ਕੋਈ ਨਹੀਂ ਪੈਸੇ ਉੱਥੇ ਦੇ ਖੜਾਪ ਲੈ ਆ ਬਾਹਰੋਂ ਪੈਸਾ ਐਨਆਰਆਈ ਨੇ ਭੇਜ ਦਿੱਤਾ ਆਪਣੀਆਂ ਜੇਬਾਂ ਫੁੱਲ ਕੀਤੀਆਂ ਤੁਹਾਨੂੰ ਉੱਥੇ ਜਾਣ ਦੀ ਕੀ ਜ਼ਰੂਰਤ ਤੋਂ ਹੂੰ ਤੁਸੀਂ ਹਰੀਆਂ ਨਹੀਂ ਪੱਗਾਂ ਬੰਨ੍ਹ ਕੇ ਬੱਸ ਅਜੇ ਤਾਂ ਬੰਦਿਆਂ ਨੂੰ ਮਗਰ ਲਾਇਆ ਕਰੋ ਨਾਰੇ ਨੂਰੇ ਲਾਇਆ ਕਰੋ ਹੋਰ ਕੀ ਕੰਮ ਆ ਤੁਹਾਡਾ ਤੁਹਾਨੂੰ ਸੱਦਿਆ ਹੀ ਨਹੀਂ ਤੁਹਾਨੂੰ ਸਾਨੂੰ ਸਪੈਸ਼ਲ ਉਸ ਹੈਲੀਕਾਪਟਰ ਨਾਲ ਤੇ ਜਾਣਾ ਚਾਹੁੰਦੇ ਹੋਣੇ ਹੂੰ ਕੋਈ ਤੁਹਾਡੇ ਕੋਲ ਸਾਰਾ ਪੈਸਾ ਖਾ ਗਾਇਆ ਕੋਈ ਜਰਮਨ ਤੋਂ ਇਥੇ ਕਟਰ ਮਸ਼ੀਨ ਭੱਡੀ ਮਿਲ ਜਾਂਦੀ ਐ ਆ ਸਾਲਾ ਧੂੜ ਬਣਾ ਦਿੰਦੀ ਹਮ ਪੰਜਾ ਸੱਤਾ ਮਿੰਟਾਂ ਵਿੱਚ ਜਿਹੜੇ ਨਲਾਇਓ ਆ ਤੁਸੀਂ ਸੀਮੈਂਟ ਦੀਆਂ ਸਲੇਟਾਂ ਰੱਖਿਆ ਉੱਤੇ ਪਲਾਗ ਕਟਰ ਜਾਂ ਨਾਲੀ ਫੇਰ ਦਿੰਦੀ ਉਹ ਤਾਂ ਲੈ ਨਹੀਂ ਹੋਈ ਤੁਹਾਡੇ ਕੋਲ 2-3 ਕਰੋੜ ਦੀ ਹੂੰ ਉਹ ਤੁਸੀਂ ਅਰਬਾਂ ਰੁਪਏ ਤੁਸੀਂ ਕਪੜਾ ਕਰਕੇ ਆਪਣੇ ਘਰਾਂ 'ਚ ਬਹਿ ਗਏ ਸੀ ਪਹਿਲਾਂ ਜਾ ਕੇ ਹੈਂ ਟੈਲ ਮਸ਼ੀਨਾਂ ਦੋ ਚਾਰ ਲੈ ਲੈਣੀਆਂ ਸੀ ਜੇ ਤੁਹਾਡੇ ਮੂਰੇ ਆੜਦਾ ਤਾਂ ਇਦਾਂ ਤੁੱਕੇ ਆਵਾਂਗਾ ਝਾੜਦਾ ਚੋਰ ਕਿਸਮ ਦੇ ਬੰਦੇ ਆ ਰੋਲ ਦੂਰਾ ਮੈਂ ਇੱਕ ਹੋਰ ਸਾਰਾ ਪੈਸਾ ਘਬੜਾ ਕਰ ਲਿਆ ਹੈ ਇਹਨਾਂ ਨੇ ਹੈ ਇੱਕ ਦਫ਼ਤਰ ਬਣਾਇਆ ਬਸ ਠੀਕ ਹੈ ਕੋਈ ਮਸ਼ੀਨਰੀ ਇਹਨਾਂ ਕੋਲ ਨਹੀਂ ਹੈਗੀ ਚਲੋ ਜੀ ਹੋਰ ਮੇਰੇ ਵਾਲ ਸਾਰੇ ਸਾਸਰੀ ਘਾਲ ਹੈ ਤੇ ਇਹਦੇ ਸੰਵਾਦ ਕਰਦਾ ਕਿਸਾਨਾਂ ਦੇ ਜਿੰਨੇ ਬੰਦੇ ਨਾਲ ਗਏ ਹੋਆ ਤੁਹਾਡੇ ਠੀਕ ਹੈ ਤੁਹਾਡੇ ਜੱਤ ਬਣਦੀ ਹੈ ਠੀਕ ਹੈ ਭਾਨੇ ਲਾਓ ਕੋਈ ਚੱਕਰ ਸਾਡੇ ਜੱਟਾਂ ਦੇ ਮੁੰਡੇ ਹਨ ਪਤਾ ਕੀ ਗੱਲ ਬਾਹਰ ਟਰੱਕ ਚਲਾਉਂਦੇ ਨੇ ਮੇਰੀ ਕੋਈ ਗੱਲ ਪਿੱਛੇ ਰਹਿ ਗਈ ਅਸੀਂ ਉੱਥੇ ਮੰਡੀ ਦੇ ਵਿੱਚ ਆਪ ਵੇਚੀਏ ਜੇ 5 15 ਰੁਪਏ ਦੀ ਮੈਨੂੰ ਪਤਾ ਹੈ ਰੇਟ ਦਾ ਗੋਭੀ ਮਿਲਦੀ ਹੈ ਕੋਈ ਆਪਾਂ ਵੇਚੀ ਦੀ ਮੰਡੀ 'ਚ ਜਾ ਕੇ ਰੇੜੀ ਦੇ ਉੱਤੇ ਅਸੀਂ 50 60 ਰੁਪਏ ਨੂੰ ਵੇਚਦੇ ਆ ਤੇ ਸਾਨੂੰ ਆਪ ਲਾਉਣੀ ਚਾਹੀਦੀ ਏ ਨੇ ਉਹ ਟੋਕਰਾ ਜਿਹਾ ਉੱਥੇ ਮੰਡੀ 'ਚ ਮੁੰਡਿਆਂ ਦਾ ਸੱਟਿਆਂ ਦਾ ਕਾਲਾ ਨੂੰ ਲਾਣਾ ਪੀ ਕੇ ਫਿਰ ਘਰ ਰੋਵਾਂਗਾ ਠੀਕ ਹੈ ਸਾਨੂੰ ਆਪ ਕੰਮ ਕਰਨਾ ਚਾਹੀਦਾ ਸੀ ਬਾਹਰ ਕੰਮ ਕਰਦੇ ਸਾਨੂੰ ਇੱਥੇ ਵੀ ਕੰਮ ਕਰਨਾ ਚਾਹੀਦਾ ਸਾਨੂੰ ਇੱਥੇ ਸ਼ਰਮ ਆਉਂਦੀ ਆ ਫੇਰ ਕਹਿੰਦੇ ਭਈਏ ਪੰਜਾਬ ਵਿੱਚ ਆਉਂਦੇ ਨੇ ਉਹ ਕੰਮ ਕਰਦੇ ਸ਼ਰਮ ਦੇ ਨਹੀਂ ਭਈਆਂ ਨੇ ਅਮਰੀਕਾ ਜਿਹੜੇ ਬੰਦੇ ਰਹਿੰਦੇ ਨੇ ਆਪਣਾ ਕਰਾਕ ਤੜਹਾਰ ਸਮਝਦੇ ਨੇ ਮੈਂ ਤੁਹਾਨੂੰ ਹਿਸ਼ਾਰਪੁਰ ਦੇ ਭਈਏ ਦਾ ਖਾਲਦਾ ਉਹਨਾਂ ਨਾਲ ਕਈ ਗੁਣਾ ਜ਼ਿਆਦਾ ਅਮੀਰ ਨੇ ਭਈਏ ਕੋਠੀਆਂ ਪਤਾ ਨਹੀਂ ਕਿੱਡੀਆਂ ਦੁਕਾਨਾਂ ਉਹਨਾਂ ਨੇ ਪਾਈਆਂ ਠੀਕ ਹੈ ਜੂਪੀ ਚ ਪੰਜਾਬ ਚ ਆ ਕੇ ਮਿਹਨਤ ਕਰਕੇ ਸਾਡੇ ਕੋਲ ਉੱਥੇ ਵਾਲੇ ਏਜੰਟਾਂ ਨੂੰ ਪੈਸਾ ਦੇਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਬਾੜ ਡਟਪਣ ਤੋਂ ਬਿਨਾ ਰਿਫਿਊਜੀ ਸਟੇ ਲੈਣ ਤੋਂ ਬਿਨਾ ਐਸਾ ਕੰਮ ਟਰੱਕ ਚਲਾਉਣ ਤੋਂ ਬਿਨਾ ਕੋਈ ਕੰਮ ਨਹੀਂ ਹੈਗਾ ਚਲੋ ਸਸਤਰੀ ਗੱਲ ਥੈਂਕ ਯੂ ਪੂਰੇ ਬਾੜ ਦਾ ਤੈਦਲ ਤੁਹਾਨੂੰ ਬਾਦ ਸ਼ੋਕਾ ਟੈਕਨੋਲੋਜੀ ਮੇਰੇ ਸਬਸਕ੍ਰਾਈਬਰ ਉਹਨਾਂ ਦਾ ਤੈਦਲ ਤੁਹਾਨੂੰ ਬਾਦ ਸਾਰੇ ਕਿਸਾਨਾਂ ਦਾ ਜਿੰਨੇ ਨਾਲ ਗਏ ਆ ਬੰਦੇ ਮੁੰਡੇ ਉਹਨਾਂ ਦੇ ਨਾਲ ਥੈਂਕ ਯੂ ਕਰਦਾ ਉਹਨਾਂ ਦਾ ਬਾਏ ਬਾਏ